ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵਿੰਦਰ ਸਿੰਘ ਅਤੇ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਪਾ ਲੈਂਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ 'ਤੇ। ਪਾਕਿਸਤਾਨ ਦੇ ਰਵੱਈਏ ਪ੍ਰਤੀ ਭਾਰਤ ਨੇ ਸਖ਼ਤ ਇਤਰਾਜ਼ ਜਿਤਾਉਂਦਿਆਂ ਪਾਕਿਸਤਾਨ ਦੇ ਰਾਜਦੂਤ ਨੂੰ ਕੀਤਾ ਤਲਬ, ਲਾਪਤਾ ਹੋਏ ਪਾਇਲਟ ਅਭਿਨੰਦਨ ਸੰਬੰਧੀ ਮੰਗਿਆ ਸਪਸ਼ਟੀਕਰਨ। ਕਾਂਗਰਸ ਸਮੇਤ 21 ਵਿਰੋਧੀ ਪਾਰਟੀਆਂ ਦੀ ਹੋਈ ਖਾਸ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਜਾਰੀ ਕੀਤਾ ਸਾਂਝਾ ਬਿਆਨ। ਰਾਹੁਲ ਨੇ ਹਵਾਈ ਫੌਜ ਦੀ ਕੀਤੀ ਤਾਰੀਫ਼, ਪੀਐਮ ਮੋਦੀ ਨੂੰ ਪਾਇਆ ਘੇਰਾ, ਕਿਹਾ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸ਼ਹੀਦ ਜਵਾਨਾਂ ਦਾ ਕੀਤਾ ਜਾ ਰਿਹਾ ਸਿਆਸੀਕਰਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜ, ਨੀਮ ਫੌਜ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਕੀਤੀ ਖਾਸ ਮੀਟਿੰਗ। ਕੈਪਟਨ ਨੇ ਅਧਿਕਾਰੀਆਂ ਤੋਂ ਲਿਆ ਸਰਹੱਦੀ ਇਲਾਕਿਆਂ ਦਾ ਜਾਇਜ਼ਾ। SIT ਅੱਗੇ ਪੇਸ਼ ਹੋਏ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ। SIT ਨੇ ਕਰੀਬ 7 ਘੰਟੇ ਤੱਕ ਕੀਤੀ ਪੁੱਛਗਿੱਛ ਬਾਰੇ ਕੁਝ ਵੀ ਦੱਸਣ ਤੋਂ ਮਨਤਾਰ ਬਰਾੜ ਨੇ ਕੀਤਾ ਇਨਕਾਰ। ਦੂਜੇ ਮੈਚ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ ਨੇ T20 ਸੀਰੀਜ਼ ਤੇ ਕੀਤਾ ਕਬਜ਼ਾ। ਆਸਟ੍ਰੇਲੀਆ ਦੇ ਗਲੇਨ ਮੈਕਸਵੈਲ ਬਣੇ ਮੈਨ ਆਫ ਦਾ ਮੈਚ। T20 ਸੀਰੀਜ਼ ਤੋਂ ਬਾਅਦ ਭਾਰਤ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਹੋਵੇਗੀ ਵਨਡੇ ਸੀਰੀਜ਼। ਅਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਭਾਰਤ ਅਤੇ ਪਾਕਿਸਤਾਨ ਦਰਮਿਆਨ ਵੱਧ ਰਹੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜ, ਨੀਮ ਫੌਜ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਖਾਸ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਸਰਹੱਦੀ ਇਲਾਕਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ ਦੀ ਸਥਿਤੀ ਦੇ ਮੱਦੇਨਜ਼ਰ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਨਿਯੰਤਰਣ ਦੇ ਵਿੱਚ ਹੈ ਅਤੇ ਫੌਜ ਤੇ ਨੀਮ ਫੌਜੀ ਬਲਾਂ ਦੇ ਨਾਲ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਫਵਾਹਾਂ ਦਾ ਟਾਕਰਾ ਕਰਨ ਦੇ ਲਈ ਪੂਰੀ ਤਰ੍ਹਾਂ ਸਰਗਰਮੀ ਦੇ ਵਿੱਚ ਲੱਗੇ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਅਗਲੇ 2 ਦਿਨਾਂ ਦੇ ਦੌਰਾਨ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਲਈ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਸਥਿਤੀ ਦੇ ਨਾਲ ਨਿਪਟਣ ਦੇ ਲਈ ਫੌਜ ਨੂੰ ਸੂਬੇ ਵੱਲੋਂ ਹਰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਤਾਂ ਜੋ ਭਾਰਤ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਸਰਹੱਦ 'ਤੇ ਪੈਦਾ ਹੋਏ ਤਣਾਅ ਦੇ ਪਿਛੋਕੜ ਦੇ ਵਿੱਚ ਕਿਸੇ ਵੀ ਸਥਿਤੀ ਦੇ ਨਾਲ ਨਿਪਟਣ ਦੇ ਲਈ ਸੂਬਾ ਪੂਰੀ ਤਰ੍ਹਾਂ ਤਿਆਰ ਹੈ। ਅਤੇ ਵੱਧਦੇ ਅਗਲੀ ਖਬਰ ਦੇ ਵੱਲ। ਕਾਂਗਰਸ ਸਮੇਤ 21 ਵਿਰੋਧੀ ਪਾਰਟੀਆਂ ਨੇ ਬੈਠਕ ਕੀਤੀ, ਜਿਸ ਪਿੱਛੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਂਝਾ ਬਿਆਨ ਜਾਰੀ ਕੀਤਾ। ਉਹਨਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਫੌਜ ਦੀ ਕਾਰਵਾਈ ਦੀ ਤਾਰੀਫ਼ ਕਰਦਿਆਂ ਅੱਤਵਾਦ ਖਿਲਾਫ਼ ਲੜਾਈ ਖਿਲਾਫ਼ ਫੌਜ ਦੇ ਨਾਲ ਇਕਜੁੱਟਤਾ ਪ੍ਰਗਟਾਈ। ਹਾਲਾਂਕਿ ਉਹਨਾਂ ਇਲਜ਼ਾਮ ਲਗਾਇਆ ਕਿ ਪੁਲਵਾਮਾ ਹਮਲੇ ਦੇ ਬਾਅਦ ਸੱਤਾਧਾਰੀ ਭਾਜਪਾ ਆਗੂਆਂ ਨੇ ਪੁਲਵਾਮਾ ਦੇ ਸ਼ਹੀਦ ਜਵਾਨਾਂ ਦਾ ਸਿਆਸੀਕਰਨ ਕੀਤਾ, ਜੋ ਕਿ ਗੰਭੀਰ ਵਿਸ਼ਾ ਹੈ। ਉਹਨਾਂ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਦੀ ਨਿਖੇਧੀ ਕਰਦੇ ਹਾਂ। ਦੇਸ਼ ਵਿੱਚ ਹਾਲਾਤ ਵਿਗੜਦੇ ਜਾ ਰਹੇ ਨੇ, ਜਿਸ ਦੀ ਚਿੰਤਾ ਹੈ। Terrorists of Jaish e Mohammed on 14th February 2019. The meeting paid homage to our martyrs and expressed solidarity with our armed forces in crushing the menace of terrorism. The meeting lauded the action taken by the Indian Air Force against the terrorist camp on 26 February 2019 and praised our armed forces for their valor and their bravery. The meeting of 21 parties expressed their deep anguish over the blatant politicization of the sacrifices made by our armed forces by leaders of the ruling party. National security must transcend narrow political considerations. The leaders observed that the Prime Minister has regrettably not convened an all-party meeting as per the established practice in our democracy. The leaders expressed concern on the emerging security situation. Post the statement from the MEA regarding targeting of our military installations and loss of one of our fighter aircraft, the leaders condemned the Pakistani misadventure and expressed their deep concern for the safety of our missing pilot. Leaders urged the government to take the nation into confidence in all measures to protect India's sovereignty, unity and integrity. ਪਾਕਿਸਤਾਨ ਦੇ ਨਾਲ ਵੱਧ ਰਹੇ ਤਣਾਅ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ। ਡਿਪਟੀ ਹਾਈ ਕਮਿਸ਼ਨਰ ਸੈਯਦ ਹੈਦਰ ਸ਼ਾਹ ਨੂੰ ਤਲਬ ਕਰਕੇ ਭਾਰਤ ਨੇ ਪਾਕਿਸਤਾਨ ਦੇ ਰਵੱਈਏ ਪ੍ਰਤੀ ਸਖ਼ਤ ਇਤਰਾਜ਼ ਜਤਾਇਆ। ਭਾਰਤ ਨੇ ਉਹਨਾਂ ਸਾਹਮਣੇ 2 ਮੁੱਦੇ ਚੁੱਕੇ ਨੇ। ਭਾਰਤ ਨੇ ਪਾਕਿਸਤਾਨ ਡਿਪਟੀ ਹਾਈ ਕਮਿਸ਼ਨਰ ਕੋਲੋਂ ਪੁਲਵਾਮਾ ਅੱਤਵਾਦੀ ਹਮਲੇ ਅਤੇ ਲਾਪਤਾ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਸੰਬੰਧੀ ਸਪਸ਼ਟੀਕਰਨ ਮੰਗਿਆ। ਦਰਅਸਲ ਪਾਕਿਸਤਾਨ ਦਾਅਵਾ ਕਰ ਰਿਹਾ ਕਿ ਉਸਨੇ ਭਾਰਤ ਦੇ 2 ਲੜਾਕੂ ਜਹਾਜ਼ ਸੁੱਟੇ ਨੇ ਅਤੇ 2 ਪਾਇਲਟਾਂ ਨੂੰ
ਗ੍ਰਿਫਤਾਰ ਕੀਤਾ ਹੈ। ਪਾਕਿਸਤਾਨੀ ਫੌਜ ਦੇ ਬੁਲਾਰਾ ਮੇਜਰ ਜਨਰਲ ਆਸਿਫ ਗਫੂਰ ਨੇ ਵੀ ਭਾਰਤੀ ਹਵਾਈ ਫੌਜ ਦੇ ਦੋ ਪਾਇਲਟਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਇੱਕ ਪਾਇਲਟ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਇਲਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉਹਨਾਂ ਨੇ ਦੱਸਿਆ ਕਿ ਇੱਕ ਜਹਾਜ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਜਦੋਂ ਕਿ ਦੂਜਾ ਜੰਮੂ ਕਸ਼ਮੀਰ ਦੇ ਵਿੱਚ ਡਿੱਗਿਆ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਤੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਭਾਰਤ ਨੂੰ ਸ਼ਾਂਤਮਈ ਢੰਗ ਦੇ ਨਾਲ ਗੱਲ ਕਰਨ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਇਮਰਾਨ ਖਾਨ ਨੇ ਕਿਹਾ ਕਿ ਸਾਨੂੰ ਪੁਲਵਾਮਾ ਹਮਲੇ ਦਾ ਦੁੱਖ ਹੈ, ਜੇਕਰ ਭਾਰਤ ਚਾਹੁੰਦਾ ਤਾਂ ਅਸੀਂ ਇਸ ਹਮਲੇ ਦੀ ਪੂਰੀ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ। ਇਮਰਾਨ ਖਾਨ ਨੇ ਕਿਹਾ ਕਿ ਸਾਡੇ ਕੋਲ ਵੀ ਭਾਰਤ ਜਿੰਨੀ ਤਾਕਤ ਹੈ, ਜੇਕਰ ਉਹ ਸਾਡੇ ਦੇਸ਼ ਅੰਦਰ ਆ ਸਕਦਾ ਤਾਂ ਅਸੀਂ ਵੀ ਭਾਰਤ ਦੇ ਅੰਦਰ ਜਾ ਸਕਦੇ ਹਾਂ। ਪੁਲਵਾਮਾ ਮੈਂ ਉਨਕੀ ਕੈਜੁਅਲਟੀਜ਼ ਹੋਈ ਔਰ ਮੁਝੇ ਪਤਾ ਹੈ ਕਿ ਲੋਕੋਂ ਕੋ ਉਨਕੇ ਲਵਾਇਕੀਨ ਕੋ ਕੈਸੀ ਤਕਲੀਫ ਪਹੁੰਚੀ ਹੋਗੀ, ਕਿਉਂਕਿ ਯਹਾਂ 10 ਸਾਲ ਸੇ ਕੁਛ 70,000 ਕੈਜੁਅਲਟੀਜ਼ ਹੋਈ ਹੈ ਔਰ ਮੈਂ 10 ਸਾਲ ਸੇ ਕਿਤਨੇ ਹਸਪਤਾਲੋਂ ਮੈਂ ਗਿਆ ਹੂੰ ਔਰ ਜਿੱਧਰ ਮੈਨੇ ਲੋਕੋਂ ਕੋ ਦੇਖਾ ਹੈ ਬੰਬ ਬਲਾਸਟ ਵਿਕਟਮਸ ਜਿਨਕੇ ਬਾਜ਼ੂ ਨਹੀਂ ਹੈ, ਟਾਂਗੇ ਨਹੀਂ ਹੈ, ਚੱਲ ਨਹੀਂ ਸਕਤੇ, ਆਂਖੇ ਨਹੀਂ ਹੈ। ਇਸ ਲਈ ਮੁਝੇ ਪਤਾ ਹੈ ਕਿ ਇੱਕ ਤੋਂ ਜੋ ਇਸ ਦੁਨੀਆ ਸੇ ਚਲੇ ਗਏ ਔਰ ਦੂਸਰਾ ਜੋ ਕਿ ਇੰਜਰਡ ਹੋਏ ਉਨਕੇ ਉੱਪਰ ਔਰ ਉਨਕੇ ਘਰ ਵਾਲੋਂ ਪੇ ਕਿਆ ਗੁਜ਼ਰ ਰਹੀ ਹੈ ਕਿ ਕਿਸੀ ਤਰ੍ਹਾਂ ਕੀ ਵੀ ਆਪ ਇਨਵੈਸਟੀਗੇਸ਼ਨ ਚਾਹਤੇ ਹੈ, ਅਗਰ ਉਸਮੇ ਕੋਈ ਵੀ ਪਾਕਿਸਤਾਨੀ ਮੁਲਵਸ ਹੈ ਤੋ ਪਾਕਿਸਤਾਨ ਪੂਰੀ ਤਰ੍ਹਾਂ ਤਾਵਨ ਕਰਨੇ ਕੇ ਲਈ ਆਪ ਸੇ ਤਿਆਰ ਹੈ। ਹਮਨੇ ਯੇ ਇਸ ਲਈ ਕਹਾ ਕਿ ਇਹ ਪਾਕਿਸਤਾਨ ਕੇ ਇੰਟਰਸਟ ਮੇਂ ਨਹੀਂ ਹੈ ਕਿ ਹਮਾਰੀ ਜ਼ਮੀਨ ਇਸਤੇਮਾਲ ਕੀ ਜਾਏ ਕਹੀਂ ਵੀ ਦੁਨੀਆ ਮੇਂ ਬਾਹਰ ਦਹਿਸ਼ਤਗਰਦੀ ਕਰਨੇ ਪੇ ਔਰ ਨਾ ਹੀ ਬਾਹਰ ਸੇ ਕੋਈ ਪਾਕਿਸਤਾਨ ਕੀ ਜ਼ਮੀਨ ਇਸਤੇਮਾਲ ਕਰੇ ਔਰ ਮੁਝੇ ਲੱਗ ਰਿਹਾ ਥਾ ਕਿ ਉਸਕੀ ਵਜ੍ਹਾ ਸੇ ਕੋਈ ਐਕਸ਼ਨ ਲਿਆ ਜਾਏਗਾ। ਲਿਹਾਜ਼ਾ ਮੈਨੇ ਹਿੰਦੁਸਤਾਨ ਕੋ ਕਹਾ ਕਿ ਹਮੇਂ ਜਵਾਬੀ ਕਾਰਵਾਈ ਕਰਨੀ ਪੜੇਗੀ। ਤੋ ਜਬ ਕੱਲ੍ਹ ਸੁਬਹਾ ਕੋ ਜੋ ਐਕਸ਼ਨ ਲਿਆ ਗਿਆ, ਸੁਬਹਾ ਹਮਾਰੀ ਬਾਤ ਹੋਈ ਆਰਮੀ ਚੀਫ ਕੀ, ਏਅਰ ਚੀਫ ਕੀ ਔਰ ਮੇਰੀ ਔਰ ਹਮਨੇ ਇਸ ਲਈ ਐਕਸ਼ਨ ਨਹੀਂ ਲਿਆ ਸੁਬਹਾ ਕਿਉਂਕਿ ਹਮੇਂ ਪੂਰੀ ਤਰ੍ਹਾਂ ਪਤਾ ਨਹੀਂ ਥਾ ਕਿ ਕਿਸ ਤਰ੍ਹਾਂ ਕਾ ਡੈਮੇਜ ਹੋਇਆ ਪਾਕਿਸਤਾਨ ਮੈਂ ਵੋ ਔਰ ਜਬ ਤੱਕ ਵੋ ਹਮੇਂ ਪਤਾ ਨਾ ਚਲਤਾ ਤੋ ਯੇ ਵੀ ਬੜਾ ਇਰਰਿਸਪੋਂਸੀਬਲ ਹੋਣਾ ਥਾ ਪਾਕਿਸਤਾਨ ਸੇ ਕਿ ਅਗਰ ਹਮ ਐਕਸ਼ਨ ਲੈ ਲੇਤੇ ਔਰ ਹਿੰਦੁਸਤਾਨ ਕੀ ਕੈਜੁਅਲਟੀਜ਼ ਕਰ ਦੇਤੇ ਜਬ ਹਮਾਰੀ ਕੋਈ ਕੈਜੁਅਲਟੀ ਨਹੀਂ ਹੋਈ ਥੀ ਤੋ ਲਿਹਾਜ਼ਾ ਹਮਨੇ ਇੰਤਜ਼ਾਰ ਕੀ ਔਰ ਆਜ ਹਮਨੇ ਐਕਸ਼ਨ ਲਿਆ। ਹਮਾਰਾ ਪਹਿਲੇ ਸੇ ਪਲੈਨ ਥਾ ਕਿ ਕੋਈ ਕੋਲੈਟਰਲ ਡੈਮੇਜ ਨਾ ਹੋ, ਕੋਈ ਕੈਜੁਅਲਟੀਜ਼ ਨਾ ਹੋ, ਸਿਰਫ ਹਮ ਯੇ ਬਤਾਏ ਹਿੰਦੁਸਤਾਨ ਕੋ ਕਿ ਹਮਾਰੇ ਮੇਂ ਕੈਪੇਬਿਲਿਟੀ ਹੈ ਕਿ ਅਗਰ ਆਪ ਹਮਾਰੀ ਮੁਲਕ ਮੇਂ ਆ ਸਕਤੇ ਹੈ ਤੋ ਹਮ ਵੀ ਆਪਕੇ ਮੁਲਕ ਮੇਂ ਜਾ ਕੇ ਕਾਰਵਾਈ ਕਰ ਸਕਤੇ ਹੈ, ਸਿਰਫ ਇਸਕਾ ਯੇ ਮਕਸਦ ਥਾ। ਦੋ ਹਿੰਦੁਸਤਾਨ ਕੇ ਮਿਗਸ ਨੇ ਪਾਕਿਸਤਾਨ ਕੀ ਰਿਟੈਲੀਏਸ਼ਨ ਮੇਂ ਬਾਰਡਰ ਕ੍ਰੋਸ ਕੀਆ, ਉਨਕੋ ਸ਼ੂਟ ਡਾਊਨ ਕੀਆ ਗਿਆ ਔਰ ਮੈਂ ਯੇ ਵੀ ਆਜ ਕਹਿਣਾ ਚਾਹਤਾ ਹੂੰ ਕਿ ਪਾਇਲਟਸ ਹਮਾਰੇ ਸਾਥ ਹੈ ਕਿ ਕਿਆ ਜੋ ਹਥਿਆਰ ਆਪਕੇ ਪਾਸ ਹੈ ਔਰ ਹਮਾਰੇ ਪਾਸ ਹੈ ਕਿਆ ਹਮ ਮਿਸਕੈਲਕੂਲੇਸ਼ਨ ਅਫੋਰਡ ਕਰ ਸਕਦੇ ਹਾਂ, ਕਿਆ ਹਮੇਂ ਇਸ ਵਕਤ ਸੋਚਣਾ ਨਹੀਂ ਚਾਹੀਏ ਕਿ ਯੇ ਅਗਰ ਯਹਾਂ ਸੇ ਐਸਕਲੇਟ ਹੋਤੀ ਹੈ ਤੋ ਯੇ ਕਿਧਰ ਜਾਏਗੀ, ਨਾ ਮੇਰੇ ਕੰਟਰੋਲ ਮੇਂ ਹੋਗੀ ਨਾ ਨਰਿੰਦਰ ਮੋਦੀ ਕੇ ਕੰਟਰੋਲ ਮੇਂ ਹੋਗੀ। ਇਸ ਲਈ ਮੈਂ ਫਿਰ ਸੇ ਆਪਕੋ ਦਾਵਤ ਦੇਤਾ ਹੂੰ ਕਿ ਜਬ ਹਮ ਤਿਆਰ ਬੈਠੇ ਹੈ, ਹਮਨੇ ਆਪਕੋ ਕਹਾ ਕਿ ਜੋ ਆਪਕੀ ਪੁਲਵਾਮਾ ਕੀ ਜੋ ਟ੍ਰੈਜਡੀ ਹੋਈ ਉਸਕੇ ਜੋ ਆਪਕੋ ਜੋ ਦੁੱਖ ਪਹੁੰਚਾ ਹੈ, ਕਿਸੀ ਕਿਸਮ ਕਾ ਡਾਇਲੋਗ ਕਰਨਾ ਚਾਹਤੇ ਹੈ ਦਹਿਸ਼ਤਗਰਦੀ ਕੇ ਉੱਪਰ, ਹਮ ਤਿਆਰ ਹੈ। ਲੇਕਿਨ ਮੈਂ ਫਿਰ ਸੇ ਆਪਕੋ ਕਹੂੰਗਾ ਕਿ ਇਸ ਵਕਤ ਬੈਟਰ ਸੈਂਸ ਸ਼ੁਡ ਪ੍ਰਵੇਲ, ਹਮੇਂ ਬੈਠ ਕੇ ਬਾਤਚੀਤ ਸੇ ਆਪਣੇ ਮਸਲੇ ਹੱਲ ਕਰਨੇ ਚਾਹੀਏ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਜਲੰਧਰ ਪਹੁੰਚੇ, ਜਿੱਥੇ ਉਹਨਾਂ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਵਿਕਾਸ ਦੇ ਮੁੱਦਿਆਂ 'ਤੇ ਜਾਣਕਾਰੀ ਦੇ ਦਿੱਤੀ। ਪਰ ਭਾਰਤ ਦੇ ਪਾਕਿਸਤਾਨ ਦੇ ਨਾਲ ਚੱਲ ਰਹੇ ਤਣਾਅਪੂਰਨ ਸਥਿਤੀ ਦੇ ਕਾਰਨ ਉਹਨਾਂ ਨੇ ਵਿਕਾਸ ਮੁੱਦਿਆਂ 'ਤੇ ਹੋਣ ਵਾਲੀ ਇਸ ਪ੍ਰੈਸ ਕਾਨਫਰੰਸ ਨੂੰ ਮੀਡੀਆ ਦੇ ਰੂਪ ਹੋ ਕੇ ਰੱਦ ਕਰ ਦਿੱਤਾ। ਇਸ ਮੌਕੇ ਉਹਨਾਂ ਨੇ ਇਹ ਵੀ ਆਖਿਆ ਕਿ ਅਜਿਹੀ ਸਥਿਤੀ ਦੇ ਵਿੱਚ ਉਹ ਪੂਰੀ ਤਰ੍ਹਾਂ ਆਪਣੀ ਫੌਜ ਅਤੇ ਆਪਣੇ ਦੇਸ਼ ਦੇ ਨਾਲ ਖੜੇ। ਤੁਹਾਡੇ ਮਾਫ਼ੀ ਮੰਗਦੇ ਹੋਏ ਇਸ ਪ੍ਰੈਸ ਕਾਨਫਰੰਸ ਨੂੰ ਮੁਲਤਵੀ। ਇਸ ਤਰ੍ਹਾਂ ਜੀ ਕਿ ਇਸ ਇੱਕ ਲਾਈਨ ਦੇ ਵਿੱਚ ਸਭ ਕੁਛ ਹੈ ਜੀ ਕਿ ਅਸੀਂ ਆਪਣੀ ਸੈਨਾ ਔਰ ਆਪਣੇ ਦੇਸ਼ ਦੇ ਨਾਲ ਅਡਿੱਗ ਖੜੇ। ਪਰਿਸਥਿਤੀ ਦੇ ਵਿੱਚ ਸਹਿਯੋਗ ਦੀ ਪ੍ਰਕਿਰਿਆ ਦੇ ਵਿੱਚ ਖੜੇ।
ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਕਰ ਰਹੀ SIT ਕੋਲੋਂ ਕੋਟਕਪੁਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਆਪਣੇ ਬਿਆਨ ਦਰਜ ਕਰਵਾ ਚੁੱਕੇ ਨੇ। SIT ਵੱਲੋਂ ਅਕਾਲੀ ਆਗੂ ਮਨਤਾਰ ਬਰਾੜ ਦੇ ਨਾਲ ਕਰੀਬ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਇਹ ਪੁੱਛਗਿੱਛ ਫਰੀਦਕੋਟ ਦੇ ਕੈਂਪਸ ਦਫ਼ਤਰ ਦੇ ਵਿੱਚ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਵੰਬਰ ਦੇ ਦੂਜੇ ਹਫ਼ਤੇ ਦੇ ਵਿੱਚ ਸਾਬਕਾ ਵਿਧਾਇਕ ਬਰਾੜ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਕਲਮਬੱਧ ਕਰਵਾਏ ਸਨ। SIT ਹੁਣ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਦੇ 2 ਉੱਚ ਅਧਿਕਾਰੀ SP ਚਰਨਜੀਤ ਸ਼ਰਮਾ ਅਤੇ IG ਪਰਮਰਾਜ ਸਿੰਘ ਉਮਰਾਨਗਲ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਸਿੱਟ ਵੱਲੋਂ ਬੀਤੇ ਦਿਨੀਂ ਸਾਬਕਾ DGP ਸੁਮੇਧ ਸਿੰਘ ਸੈਣੀ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਸੀ। ਫਿਲਹਾਲ ਮਨਤਾਰ ਸਿੰਘ ਬਰਾੜ ਨੇ ਹੋਈ ਪੁੱਛਗਿੱਛ ਬਾਰੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਾਫੀ ਲੰਬੀ ਚੱਲੀ ਗੱਲਬਾਤ ਕੁਝ ਨਹੀਂ ਜੀ, ਨੋ ਕਮੈਂਟਸ। ਬੁਲੇਟਿਨ ਦੇ ਵਿੱਚ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ। ਵਾਧਿਆਂ ਅਗਲੀ ਖਬਰ ਤੇ ਬਾਅਦ ਸਿੱਖਿਆ ਵਿਭਾਗ ਵੱਲੋਂ ਪੜ੍ਹੋ ਪੰਜਾਬ ਤਹਿਤ ਹੋਣ ਵਾਲੇ ਟੈਸਟਿੰਗ ਦਾ ਵਿਰੋਧ ਕਰ ਰਹੇ ਮੋਹਾਲੀ ਦੇ 3 ਅਧਿਆਪਕ ਆਗੂਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ। ਇਹਨਾਂ ਬਦਲੀਆਂ ਨੂੰ ਰੱਦ ਕਰਵਾਉਣ ਦੇ ਲਈ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੋਹਾਲੀ ਦੇ ਸਿਲਵੀ ਪਾਰਕ ਦੇ ਵਿੱਚ ਰਾਤ ਭਰ ਰੋਸ ਧਰਨਾ ਕੀਤਾ ਗਿਆ। ਰਾਤ ਦੇ ਸਮੇਂ ਠੰਡੀਆਂ ਸੜਕਾਂ 'ਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਇਹ ਬੱਚਿਆਂ ਦਾ ਭਵਿੱਖ ਬਣਾਉਣ ਵਾਲੇ ਅਧਿਆਪਕ ਨੇ, ਜੋ ਲੰਮੇ ਅਰਸੇ ਤੋਂ ਆਪਣੇ ਹਕੂਕ ਦੀਆਂ ਮੰਗਾਂ ਨੂੰ ਲੈ ਕੇ ਤਾਂ ਆਪਣਾ ਘਰ ਬਾਰ ਛੱਡ ਸੜਕਾਂ 'ਤੇ ਰੁਲ ਹੀ ਰਹੇ ਸੀ, ਪਰ ਹੁਣ ਇਹ ਆਪਣੀ ਏਕਤਾ ਦੀ ਸ਼ਕਤੀ ਦਿਖਾਉਣ ਲਈ ਸੜਕਾਂ 'ਤੇ ਉਤਰੇ ਨੇ। ਅਧਿਆਪਕ ਆਪਣਾ ਗੁੱਸਾ ਆਪਣੀ ਭੜਾਸ ਕੱਢ ਰਹੇ ਨੇ ਅਤੇ ਤਾਨਾਸ਼ਾਹੀ ਰੁਤਬੇ ਨੂੰ ਜਨਤਕ ਕਰਕੇ ਸਰਕਾਰ ਨੂੰ ਕੋਸ ਰਹੇ ਨੇ। ਅਧਿਆਪਕਾਂ ਦੀ ਇਸ ਭੜਾਸ ਪਿੱਛੇ ਕਾਰਨ ਕੀ ਹੈ ਉਹ ਵੀ ਦੱਸਦਿਆਂ, ਅਸਲ 'ਚ ਸਿੱਖਿਆ ਵਿਭਾਗ ਨੇ ਮੋਹਾਲੀ ਦੇ 3 ਅਧਿਆਪਕ ਆਗੂਆਂ ਦੀਆਂ ਬਦਲੀਆਂ ਕਰ ਦਿੱਤੀਆਂ ਕਿਉਂਕਿ ਉਹ ਪੜ੍ਹੋ ਪੰਜਾਬ ਤਹਿਤ ਹੋਣ ਵਾਲੇ ਟੈਸਟਿੰਗ ਦਾ ਵਿਰੋਧ ਕਰ ਰਹੇ ਸੀ। ਹੁਣ ਇਹਨਾਂ ਬਦਲੀਆਂ ਨੂੰ ਰੱਦ ਕਰਵਾਉਣ ਲਈ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੋਹਾਲੀ ਦੇ ਸਿਲਵੀ ਪਾਰਕ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੋਹਾਲੀ ਦੇ 3 ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ਵਿੱਚ ਅਧਿਆਪਕਾਂ ਵੱਲੋਂ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਦਰਅਸਲ ਇਹਨਾਂ 3 ਅਧਿਆਪਕਾਂ ਵੱਲੋਂ ਪੜ੍ਹੋ ਪੰਜਾਬ ਤਹਿਤ ਹੋਣ ਵਾਲੇ ਟੈਸਟ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਨੂੰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਅਤੇ ਅਧਿਆਪਕਾਂ ਦੀ ਫੌਰੀ ਤੌਰ 'ਤੇ ਬਦਲੀ ਕਰ ਦਿੱਤੀ ਗਈ। ਇਹਨਾਂ ਮੁਜ਼ਾਹਰਾਕਾਰੀਆਂ ਦੀ ਮੰਗ ਹੈ ਕਿ 3 ਅਧਿਆਪਕਾਂ ਦੀਆਂ ਬਦਲੀਆਂ ਰੱਦ ਕੀਤੀਆਂ ਜਾਣ ਅਤੇ ਉਹਨਾਂ ਨੂੰ ਮੁੜ ਤੋਂ ਉਸੇ ਥਾਂ 'ਤੇ ਤੈਨਾਤ ਕੀਤਾ ਜਾਵੇ। ਹੁਣ ਸਰਕਾਰ ਇਹਨਾਂ ਅਧਿਆਪਕਾਂ ਦੀ ਮੰਗ ਮੰਨਦੀ ਹੈ ਜਾਂ ਫਿਰ ਇਹ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ, ਇਹ ਸਮਾਂ ਹੀ ਦੱਸੇਗਾ। ਚੰਡੀਗੜ੍ਹ ਤੋਂ ਦਰਸ਼ਨ ਖੋਖਰ ਦੀ ਰਿਪੋਰਟ। ਪੰਜਾਬ ਅਤੇ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਤਣਾਅ ਕਾਰਨ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਹੈ, ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ। ਇਸੇ ਤਹਿਤ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਸਖ਼ਤ ਸੁਰੱਖਿਆ ਕੀਤੀ ਗਈ ਹੈ। ਸਰਹੱਦੀ ਪਿੰਡਾਂ ਦੇ ਵਿੱਚ ਫੌਜ ਨੂੰ ਤਾਇਨਾਤ ਕੀਤਾ ਜਾ ਚੁੱਕਾ ਹੈ। ਉੱਥੇ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਤਣਾਅ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ, ਪਰ ਸਰਹੱਦੀ ਪਿੰਡਾਂ ਨੂੰ ਖਾਲੀ ਕਰਨ ਦੇ ਕਿਸੇ ਵੀ ਤਰ੍ਹਾਂ ਦੇ ਹੁਕਮ ਨਹੀਂ ਦਿੱਤੇ ਗਏ। ਨਾਲ ਹੀ ਉਹਨਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ। ਸਿਚੁਏਸ਼ਨ ਹੈ ਉਸਕੇ ਅੰਦਰ ਹਮ ਥੋੜ੍ਹਾ ਹਾਈ ਅਲਰਟ ਪੇ ਹੈ, ਹਮ ਥੋੜ੍ਹਾ ਸੈਂਸਿਟਿਵ ਹੈ, ਹਮ ਚੀਜ਼ੋਂ ਕੋ ਦੇਖ ਰਹੇ ਹੈਂ, ਵਾਚ ਪੇ ਹੈ, ਪਰ ਐਸਾ ਡਰਨੇ ਕੀ ਕੋਈ ਬਾਤ ਨਹੀਂ ਹੈ। ਹਮ ਕਾਫੀ ਕਾਨਫੀਡੈਂਟ ਹੈ ਔਰ ਅਭੀ ਤੱਕ ਕੋਈ ਇਵੈਕੂਏਸ਼ਨ ਪਲਾਨ ਗਾਓਂ ਕੋ ਖਾਲੀ ਕਰਵਾਨੇ ਕਾ ਇਸ ਤਰ੍ਹਾਂ ਕਾ ਅਭੀ ਤੱਕ ਹਮਨੇ ਕੋਈ ਸ਼ੁਰੂ ਨਹੀਂ ਕੀਆ। ਹਾਂ, ਇਨ ਪਲੇਸ ਹੈ, ਹਮਾਰੀ ਆਪਣੀ ਪ੍ਰਿਪੇਅਰਡਨੈਸ ਕੀ ਤਿਆਰੀਆਂ ਹੈ ਕਿ ਜੈਸੇ ਆਪ ਐਗਜ਼ਾਮ ਸੇ ਪਹਿਲੇ ਤਿਆਰੀ ਕਰਤੇ ਵੋ ਤਿਆਰੀ ਹਮਨੇ ਕੀ ਹੋਈ ਹੈ। ਅਗਰ ਜਬੀ ਵੀ ਉੱਪਰ ਸੇ ਸਰਕਾਰ ਸੇ ਕੋਈ ਵੀ ਹਿਦਾਇਤ ਆਏਗੀ ਤੋ ਹਮ ਬੜਾ ਇਫੈਕਟਿਵਲੀ ਔਰ ਐਫੀਸ਼ੈਂਟਲੀ ਉਸ ਹਿਦਾਇਤ ਕੋ ਇੰਪਲੀਮੈਂਟ ਕਰੇਂਗੇ। ਅਭੀ ਮੈਂ ਜਨਤਾ ਸੇ ਆਪਕੇ ਥਰੂ ਅਪੀਲ ਕਰੂੰਗਾ ਕਿ ਡਰਨੇ ਕੀ ਜਾਂ ਇਸ ਤਰ੍ਹਾਂ ਕੀ ਅਫਵਾਹੋਂ ਪੇ ਧਿਆਨ ਨਹੀਂ ਦੇ, ਡਰਨੇ ਕੀ ਕੋਈ ਬਾਤ ਨਹੀਂ ਹੈ। ਭਾਰਤੀ ਸੈਨਾ ਔਰ ਭਾਰਤੀ ਨਾਗਰਿਕ ਇਸ ਕਰੰਟ ਸਥਿਤੀ ਕਾ ਸਾਹਮਣਾ ਕਰਨੇ ਕੇ ਲੀਏ 100% ਕੰਪੀਟੈਂਟ ਹੈ ਔਰ ਹਮ ਇਸ ਵਕਤ ਸੈਨਾ ਕੇ ਸਾਥ ਹੈ
और पूरा देश एकजुट होके इस पूरी सिचुएशन के लिए बहादुरी से खड़ा है, इसलिए अलर्ट मोड में ना। कल को मान लो कि कोई ऐसी चीज हो जाए तो बाद में लोगों को बुलाने में दिक्कत होती है, तो इन जनरल जो नॉन रिक्वायर्ड नॉन एसेंशियल किसी ने छुट्टी ले रखी है तो हमने उनको कहा है कि एक बार वापस आ जाए। तो खबर बठिंडा शहर तो है जिथों की पुलिस ने नवेकली पहल करते हुए शहर भर के वारदातों से शिकंजा कसन के लिए सीसीटीवी कैमरे लगाए ने जो कि 24 घंटे अपनी नज़र हर कोने ते रखणगे। ठंडा पुलिस आप जी का स्वागत करती है, तुसी सीसीटीवी कैमरे की निगरानी में हो, ट्रैफिक नियमों की पालना करो, ड्राइविंग करते समय मोबाइल फोन की वरतों ना करो। देश दे नाल सूबा पंजाब भी हुण डिजिटल वल वध रहा, सबूत ने यह तस्वीर। यह तस्वीर बठिंडा दियां ने जिथे हुण कोई भी वारदात इन्हां कैमरां दियां नज़रां तों बच नहीं सकेगी। बठिंडा पुलिस वल्लों वधदियां वारदातां ते शिकंजा कसण लई इह कैमरे लगाए गए ने जो 24 घंटे बठिंडा शहर ते नज़र टिकाई रखणगे। होर तां होर शहर च बाहर तों आए नागरिकां लई कैमरिआं दे नाल स्पीकर भी लगाए गए ने जो ट्रैफिक नियमां बारे सूचित कर रहे ने। हॉर्न दी वरतों ना करो, गड्डी चलाउण समय सीट बेल्ट दी वरतों करो, दुपहिया वाहन उपर तीन सवारी ना बैठो, हमेशा अपनी साइड ही चलो। जेकर तुसी किसी भी तरह की कोई सूचना बठिंडा पुलिस नूं देना चाहते हो तो इन्हां नंबरां ते संपर्क कर सकते हो 112। ट्रैफिक पुलिस अधिकारी ने दसाया कि शहर च अमन शांति ते कानून स्थिति नूं बरकरार रखने लई शहर भर च कुल 128 सीसीटीवी कैमरे लगाए गए ने। योग SSP साहब बठिंडा वालों अमन ते कानून की स्थिति बठिंडा शहर विच कंट्रोल विच रखने लई ते लोकां दी सुरक्षा लई 44 थावां आइडेंटीफाई कीतियां ने, जिहदे विच 7 चौक ने, कुल 128 कैमरे लगाए जाणे ने, जिन्हां दे विचों 3 चौक नूं असीं कवर कर चुके हां, भाई कन्हैया चौक, ITI चौक ते बीबी वाला चौक। ये अमन कानून बहाल रखा जाऊगा तो लोगों को सुरक्षा प्रदान करने के उद्देश्य कैमरे लगाए गए। पुलिस वालों किया जा रहा यह उपराला काफ़ी शलाघाजोग है, जिथे इस वारदात घटनगियां उत्थे ही ट्रैफिक नियमों बारे भी लोगों को जागरूक किया जाएगा। ब्यूरो रिपोर्ट। तो खबर फाजिलका तो है जिथों के पिंड विशाखे वाला खूह के एक किसान के खेत में 4 पुराने बंब मिले ने। मौके पर पहुंची पुलिस टीम के वलों पूरे मामले की जांच पड़ताल की जा रही है। डरे सहमे लोग, उधर पुलिस वालों की जा रही छानबीन जो किसी वारदात होने के सबूत दे रही है। इलाके वासियों तो पुलिस वालों पूछगिछ हो रही है। इन्हां पिंड वासियों का डरना भी जायज है क्योंकि इन्हां दे पिंड चों मिले ने बंब। जी हाँ, फाजिलका के पिंड विशाखा वाला खूह चों एक किसान के खेत चों 4 पुराने बंब बरामद हुए ने। मामला यह है कि जदों किसान के परिवारक मैंबर उत्थे लगे दरख्त पुट रहे सी तां दरख्त पुटन तों बाद उन्हां नूं ये बंब मिले, जिस तों तुरंत बाद उन्होंने पुलिस नूं सूचित किया। ਚਾਚਾ ਜੀ ਦਾ ਘਰ ਦੇ ਪਿੱਛੇ ਜੋ ਕਿ ਕੁਝ ਜੰਮੂ ਦੇ ਪੇੜ ਸਨ ਅਤੇ ਜਿਨ੍ਹਾਂ ਨੂੰ ਅਸੀਂ ਪੁੱਟ ਕੇ ਹੋਰ ਸਾਈਡ 'ਤੇ ਜਾ ਰਹੇ ਸੀ, ਜਿਨ੍ਹਾਂ ਦੇ ਉਸ ਦੌਰਾਨ ਸਾਨੂੰ ਕੁਝ ਇੱਥੇ ਬੰਬ ਵਗੈਰਾ ਮਿਲੇ ਜੀ, ਅਤੇ ਜੋ ਕਿ ਬੰਬ ਮਿਲਣ 'ਤੇ ਪਿੰਡ ਵਿੱਚ ਅਤੇ ਆਸੇ ਪਾਸੇ ਬਹੁਤ ਗੱਲ ਫੈਲ ਚੁੱਕੀ ਸੀ, ਜਿਸ ਨਾਲ ਅਸੀਂ BSF ਅਤੇ ਪੰਜਾਬ ਪੁਲਿਸ ਨੂੰ ਜੋ ਕਿ ਖਬਰ ਕੀਤੀ ਹੈ ਜੀ ਇਹਨਾਂ ਇਸ ਤਰ੍ਹਾਂ, ਅਤੇ ਉਹ ਇਸ ਆਏ ਬਹੁਤ ਪੰਜਾਬ ਪੁਲਿਸ ਦੇ ਅਰਧ आर्मी दे जो कि सैनिक आए थे तो उन्होंने फिर इतने इन्हों की जाँच की है जी। ये जी सुबह 10 बजे गल सी जदों कि असी इतने काम कर रहे थे तो जिन्हों में एक बॉक्स निकलिया, जिन्हों में 4 जी ये बंब निकले जी, चले नहीं जी, बहुत पुराने हैं जो कि एक बॉक्स में पैक से, जो कि एक बॉक्स के 4 बंब निकले जी। जी जंगाल लग्या पाया, इन्हों जंग लग्या जी। मौके पर पहुंची पुलिस ने घटना स्थल का जायजा लिया। जांच करन पहुंचे उच्च अधिकारियों मुताबिक बंबा नूं बरामद करके उन्हां दी जांच कीती जा रही है, पर जमीन चों इह बंब मिलना एक चिंता दा मुद्दा है कि आखिर इह बंब कित्थों आए ते किन्ने समय तों इह बंब इस पिंड दे विच दब्बे होए सी। फाजिलका तों ब्यूरो रिपोर्ट। सूबे दे विच नशे दा आलम जारी है। मामला फिरोजपुर तों सामने आया जिथों दे पिंड कोटला दे विच इक नौजवान दी नशे दी ओवरडोज दे नाल मौत हो गई। पिंड वासियां ने पुलिस ते नशा तस्करां खिलाफ कारवाई ना करन दे इल्जाम लगाए ने। नशे का छेवा दरिया पंजाब के एक होर पुत अपने नाल बहा लै गया। रोंदे परलोंदे परिवार दीआं तस्वीरां फिरोजपुर के पिंड कोटला दीआं ने। हाय मेरा भाई, मैनू
जिथे सुखप्रीत नां दा एक नौजवान नशे की भेंट चढ़ गया। सरकारां दा ध्यान बेशक इस मुद्दे वालों हट गया पर सूबे च हो रही नशे नाल इह मौतां कुछ होर ही बयान कर रही ने जो सरकारां दे दावयां दी पोल तां खोल ही रही ने। नाल ही यह भी साफ कर रही ने कि सूबे च हाले भी धड़ल्ले नाल नशे की विक्री हो रही है ते तस्कर इस नूं सरकारी पाबंदी शह नाल बेच भी रहे ने। पिंड वासी होण जां परिवारक मैंबर उहनां दा भी यह कहना है कि उन्होंने इलाके च नशे की विक्री लगातार जारी है पर अफसोस यह है कि ना तो सरकार कोई कार्रवाई कर रही ने ते ना ही पुलिस प्रशासन। चिट्टा शरेआम वेग रहा ठीक है कोई बंदे चिट्टा इतने कोई लेके आता कोई देके जाता। कल साढ़े पिंड घटना हुई आ साढ़े पिंड का मुंडा जिहड़ा एक बेरोजगार जवान बेचारा आपका घर पालदा सी उहनू किसी ने फोन करके सद्या सारी रात वो उत्थे मरिया पिया रहा किसी ने हाल नहीं पुछा जो तड़के उहदी मौत हो गई उहनू फोन ते घरदिआं नू सद्या गया भी इहदी मौत हो गई चक के लै जाओ अज कोई कार्रवाई नहीं हो रही सब प्रशासन एक दूजे वल वेख रहा जी। तुसीं की मांग करदे हो? असीं मांग करदे साडे नाल इंसाफ होवे जी। ठीक अगर कट्ठी खाधी दुध पीता तो मुड़ के किधर चलिया मुड़ के तो जान लगा तो सतनाम को चलिया मैं सतनाम ने फोन किया मैं वो चलिया तो उत्थे गया ये तो मुड़ के जाके पता नहीं की खवाया टीके लाए हैं तो तड़के सानू फिर फोन किया तो पिंड कोटला साडा तो नशा आम चलता तो तड़के फोन किया जो तो अं गए हैं जाते हम साढ़े फसुरत पिया तो बा बोलता नहीं सी मुड़ के चाक आना आ पई है सरंज आ पे टीके हाथ जा चिट्टा पिया चिट्टा खाली लिपड़िया कागज सी मुड़ के चाके अं चले नशा बथेरा वेखता जी इसलिए कोई पुलिस पुलिस आँदी नहीं आनी मुड़ जाती इतने पुलिस का बाईपास से खड़ी रही है जी आते कुछ नहीं किसी हाँ साड़ी तो जड़ पड़ थी मारता मैंने तो बेड़ा पाता मेरा तो उत्थे पुलिस अधिकारी वालों एको जवाब मिले कि कार्रवाई की जा रही है। इन्ने इल्जाम लगन तो बाद भी पुलिस अधिकारी ने खाना पूर्ति करते हुए कार्रवाई का भरोसा ही दिता है। लड़के की ना सवेरे गर्ग अस्पताल मोगा लेके गए हैं उत्थे की मौत हो गई है बाद चे दसा कि रात इनू सतनाम सिंह नाँ के लड़के ने बुलाया से आपके को सारी रात वो रहा तो सुबह ही इन्हों इतलाह दी उन्हें फिर कि हालत बिगड़ती जाती है फिर ये मोगे लगे सिविल गर्ग अस्पताल तो उत्थे मोगे की मौत हो गई है मुड़ के बॉडी घर लिया है अपने सिविल तो मौके मौके जिहड़ियां नाके गश्तां जां जो भी आ गतिविधियां लियांदियां ने नशे नूं रोकण वास्ते उन्हों का कहना है कि कई बार पुलिस प्रशासन दस चुके हैं पर पुलिस इस पर कोई कार्रवाई नहीं कर रही। मेरे वालों खुद इन्हों के पिंड में आके दो तीन बारी जिहड़ियां उहदियां शक्की थावां दसियां उन्हां ते रेड किया गया। ठीक है जी हाँ जी हुण तुसीं की कार्रवाई कर अगे भी करांगे असीं तां नशे की रोकथाम वास्ते 24 घंटे हाजिर हाँ जदों भी सानूं पता मिलती है असीं कानूनी कार्रवाई करांगे जितों भी कदों नशे की रिकवरी होगी उसके खिलाफ असीं कानूनी कार्रवाई करांगे असीं कोई टाल मटोल नहीं करते असीं उन्हां दा बयान लिख लिया उसके मुताबिक कार्रवाई शुरू की हुई है। निंदनयोग है नौजवानों दीआं इह हो रहीआं मौतां सरकारां बेशक नशे नूं रोकण लई गतिविधियां कर रहीआं ने पर किते ना किते कई लापरवाह जां भ्रिष्ट लीडरां अते अधिकारियों की मिली भुगत नाल नशे का एक कारोबार जारी है। फिरोजपुर तो ब्यूरो रिपोर्ट ते खबर खेड जगत तो है जिथे आस्ट्रेलिया ने भारत नूं दूजा मैच हरा के टी ट्वेंटी सीरीज़ 2-0 के फर्क नाल अपने नाम कर ली है। भारत ने कप्तान विराट कोहली ते विकट कीपर महेंद्र सिंह धोनी के शानदार स्कोर के नाल 4 विकटां ते 190 दौड़ां का मजबूत स्कोर खड़ा किया पर आस्ट्रेलिया के खतरनाक ऑलराउंडर ग्लैन मैक्सवैल अगे भारत का स्कोर टिक ना सकिया। मैक्सवैल ने भारत को दूसरे और आखिरी मुकाबले के 7 विकटों के नाल हरा के पहली बार भारतीय जमीन पर टी ट्वेंटी सीरीज़ जीती है। आस्ट्रेलिया ने 19वें ओवर दियां 4 बॉलां खेड के 194 दौड़ा बना के सीरीज़ अपने नाम कर ली। आस्ट्रेलिया टीम इस शानदार सीरीज़ जीतने तो बाद हुण अगे भारत खिलाफ 5 मैचों की वनडे सीरीज़ के उतरेगी। पंजाब न्यूज़ के विच हुण तक बस ही नहीं मैनू दिओ इजाजत धन्नवाद।